ਇਹ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਜਾਣਕਾਰੀ ਦਿਓ ਜੀ। ਅੱਜ ਸ਼ਾਮ ਨੂੰ ਇੱਕ ਏ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ, ਗੁਰਮੀਤ ਸਿੰਘ ਕਾਲਾ ਧਨੋਲਾ, ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ FIR ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ, ਜਿਸਮੇ ਭਗੋੜਾ ਥਾ, ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ ਸੁਰਿੰਦਰ ਪਾਲ ਉਰਫ ਪਾਲਾ 'ਤੇ ਕੀਤਾ ਸੀਗਾ। ਉਹਦੀ ਭਾਲ ਦੇ ਤਹਿਤ AGTF ਦੀ ਟੀਮ ਅਤੇ ਬਰਨਾਲਾ ਪੁਲਿਸ ਦੀ ਟੀਮ, ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ। AGTF ਦੀ ਟੀਮ ਇੱਥੇ ਆਈ ਸੀਗੀ, ਉਹਨਾਂ ਕੋਲ ਟੈਕਨੀਕਲ ਅਤੇ ਹਿਊਮਨ ਇੰਟ ਸੀਗਾ ਕਿ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ। ਜਦੋਂ ਅਸੀਂ ਉਸ ਇਨਪੁੱਟ 'ਤੇ ਕੰਮ ਕਰਦੇ ਹੋਏ ਸਾਡੀ ਟੀਮਸ AGTF ਦੀ ਇੱਥੇ ਪਹੁੰਚੀ, ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਅਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ। ਇਹਨਾਂ ਨੇ ਅਨਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ, ਫਾਇਰਿੰਗ ਕਰਕੇ ਉੱਥੋਂ ਭੱਜਣਾ ਸ਼ੁਰੂ ਕਰਤਾ ਅਤੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਆਪਣੇ AGTF ਦੀ ਟੀਮ ਨੇ ਵੀ ਫਾਇਰ ਕੀਤਾ, ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ ਆਮ ਇੰਜਰੀਜ਼ ਆਈ ਐਂਡ ਹੀ ਸਕਮ ਟੂ ਦੀ ਇੰਜਰੀਜ਼। ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ, ਉਹਦੇ ਵਿੱਚ ਸਾਡੇ 2 ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਫਾਇਰ ਆਮ ਇੰਜਰੀਜ਼ ਆਈ ਨੇ। ਇਨ ਸਾਰਿਆਂ ਨੂੰ ਅਸੀਂ ਹੋਸਪਿਟਲ ਸ਼ਿਫਟ ਕਰਤਾ। ਇੱਥੋਂ ਸਾਨੂੰ 3 ਸੋਫਿਸਟੀਕੇਟਡ ਵੈਪਨਸ, ਸਮਾਲ ਆਰਮਸ ਅਤੇ ਕਈ ਮੈਗਜ਼ੀਨਸ ਅਤੇ ਲਾਈਵ ਰਾਊਂਡਸ ਬਰਾਮਦ ਹੋਏ ਨੇ। ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਹੈ। ਸਰ, ਇਹਦੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸ਼ਾਮਲ? ਜੀ, ਤਿੰਨ ਬੰਦੇ ਅਸੀਂ ਹੋਰ ਰਾਊਂਡ ਅਪ ਕੀਤੇ। ਇੱਕ ਜੋ ਇਹ 2 ਨੰਬਰ FIR ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਿਡ ਸੀਗਾ, ਉਹਦੇ ਸਾਥੀ ਹੀ ਸੀਗੇ, ਉਹ ਵੀ ਕੋ ਐਕਿਊਜ਼ਡ ਨੇ। ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਅਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ। ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਇਸ ਅਸੀਂ ਰਾਊਂਡ ਅਪ ਕੀਤਾ। ਹਾਂਜੀ, ਨਹੀਂ ਅਭੀ ਇੰਜਰੀ ਸਾਰਿਆਂ ਨੂੰ ਅਸੀਂ ਚੈੱਕ ਕਰਾਏਂਗੇ, ਮੈਡੀਕਲ ਹੋਏਗਾ। ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ? ਹਾਂਜੀ, ਹੀ ਸਕਮ ਟੂ ਦੀ ਇੰਜਰੀਸ। ਸਰ, ਕਿਸ ਗੈਂਗਸਟਰ ਦੀ ਗੱਲ ਕਰਦੇ, ਉਹਦੇ ਤੋਂ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਦਰਜ ਸੀਗੇ ਜੀ? ਉਹਦੇ 'ਤੇ ਉਹ ਏ ਕੈਟੇਗਰੀ ਗੈਂਗਸਟਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਦੇ 'ਤੇ 67 FIRs ਦਰਜ ਹੈ। 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਿਡ ਹੈਗਾ, ਹੁਣ ਬੇਲ 'ਤੇ ਚੱਲ ਰਿਹਾ। ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਉਹਦੇ 'ਤੇ ਮੁਕਦਮਾ ਦਰਜ ਹੋਇਆ, ਜਿਹਦੇ ਵਿੱਚ ਉਹਨੇ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਾਮੀ ਨਾਲ ਕੁੱਟਮਾਰ ਕੀਤੀ ਸੀਗੀ ਅਤੇ ਫਾਇਰ ਇੰਜਰੀਜ਼ ਕੀਤੀ ਸੀਗੀ। ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜੀ? ਹਾਂਜੀ, 2 ਜਿੱਦਾਂ ਮੈਂ ਦੱਸਿਆ AGTF ਅਤੇ ਸਾਡੇ 2 ਮੁਲਾਜ਼ਮ ਇੰਸਪੈਕਟਰ ਪੁਸ਼ਪਿੰਦਰ ਅਤੇ ਸਬ ਇੰਸਪੈਕਟਰ ਜਸਪ੍ਰੀਤ, ਉਹਨਾਂ ਨੂੰ ਵੀ ਇੰਜਰੀਜ਼ ਆਈਆਂ। ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫੋਰ ਫਰਦਰ ਟ੍ਰੀਟਮੈਂਟ। ਇਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ, ਅਤੇ ਉਸ ਮਾਮਲੇ 'ਤੇ ਕੀ ਕਹਿਣਾ ਚਾਹੁੰਦੇ? ਉਹਦੇ 'ਚ ਸਰ, ਉਹਦੇ 'ਚ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ, ਉਹਦਾ ਉਹ ਵਿਰੋਧ ਕਰ ਰਹੇ? ਨਹੀਂ ਜੀ, ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ 'ਤੇ ਤੁਸੀਂ ਹੈਗੇ ਹੋ, ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਅਤੇ ਜੋ ਰਾਊਂਡ ਅਪ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਹੈ। ਅਭੀ ਪਰਚਾ ਦਰਜ ਹੋਊਗਾ, ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ। ਇਹਨਾਂ ਨੂੰ ਸਰ ਸਿਵਲ ਹਸਪਤਾਲ ਭੇਜਿਆ ਗਿਆ? ਹਾਂਜੀ।